ਮੈਂ ਕਿਹਾ ਮੈਂ ਕੁੱਤਾ ਲੈ ਆਈ ਯਾਰ ਆਪਾਂ ਵੀ ਕੁੱਤਾ ਹਾਂ ਨਹੀਂ ਲੈਣਾ ਕੁੱਤਾ ਉਹ ਗੋਲੀ ਲੱਗੀ ਜਾਂਦਾ ਰਾਣਾ ਮੈਂ ਮੁੰਝ ਲਾਇਆ ਤਾ ਮੈਨੂੰ ਪਤਾ ਹੋਣੇ ਕੋਈ ਨਹੀਂ ਕਹਿਣਾ ਗਾਇਸ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਆ ਬੀਇੰਗ ਬ੍ਰੈਂਡ ਦੇ ਕੈਂਟ ਦੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਬਹੁਤ ਜ਼ਿਆਦਾ ਇੰਟਰੈਸਟਿੰਗ ਹੋਣ ਵਾਲਾ ਬਿਕੋਜ਼ ਅੱਜ ਦੇ ਵਲੌਗ ਦੇ ਵਿੱਚ ਮੈਂ ਚੈਸਟ ਬੈਗ ਪਾਇਆ ਹੋਇਆ ਕਿਉਂ ਪਾਇਆ ਹੋਇਆ ਤੁਹਾਨੂੰ ਇਹ ਵੀ ਮੈਂ ਦੱਸਦਾ ਇਹਨਾਂ 'ਚ ਦੇਖੋ ਬਾਈ ਲੋਕ ਕੀ ਪਾਉਂਦੇ ਆ ਪੈਸੇ ਪਾਉਂਦੇ ਆ ਮੈਂ ਦੇਖੋ ਕੀ ਪਾਇਆ ਹੋਇਆ ਟਿਸ਼ੂਸ ਪਾਏ ਹੋਏ ਜਦੋਂ ਵੀ ਉਹ ਕਰਦਾ ਇਹ ਫਟਾਫਟ ਸਾਫ਼ ਕਰ ਦਿੰਦਾ ਹੁੰਦਾ ਮੈਂ ਕਿਉਂਕਿ ਹੁਣ ਮੇਰੇ ਰਿਸਪੋਂਸੀਬਲ ਫਾਦਰ ਵੀ ਬਣ ਚੁੱਕਿਆ ਇੱਕ ਗਾਇਸ ਮੈਂ ਸਵੇਰੇ ਸਵੇਰੇ ਉੱਠ ਗਿਆ ਸੀਗਾ ਅੱਜ ਬਿਕੋਜ਼ ਯਾਰ ਆਪਾਂ ਘਰ ਦੰਦੇ ਰਿਐਕਸ਼ਨ ਲੈਣਾ ਬਿਕੋਜ਼ ਉਹਨੇ ਸਵੇਰੇ ਸਵੇਰੇ ਆਉਣਾ ਸੀਗਾ ਦੈਨ ਮੈਂ ਕਿਹਾ ਫਟਾਫਟ ਮੈਂ ਪੱਗ ਬੰਨ ਲੈਣਾ ਬਿਕੋਜ਼ ਯਾਰ ਬਾਅਦ 'ਚ ਪਤਾ ਲੱਗ ਗਿਆ ਨਾ ਉਹਨਾਂ ਨੂੰ ਆਪਣੇ ਆਪ ਹੀ ਤਾਂ ਰਿਐਕਸ਼ਨ ਨਹੀਂ ਲੈ ਜਾਣੇ ਸੀਗੇ ਤਾਂ ਕਰਕੇ ਗਾਇਸ ਅਸੀਂ ਇੱਕ ਚੀਜ਼ ਸੋਚੀ ਸੀ ਉਹਨੂੰ ਲੈ ਕੇ ਆਉਣ ਤੋਂ ਪਹਿਲਾਂ ਕਈ ਤਾਂ ਜੀ ਇੱਦਾਂ ਸੋਚਿਆ ਸੀ ਕਿ ਘਰ ਦੇ ਜਦੋਂ ਘਰੋਂ ਬਾਹਰ ਜਾਣਗੇ ਅਸੀਂ ਉਦੋਂ ਡੋਗ ਘਰੇ ਲੈ ਕੇ ਆਵਾਂਗੇ ਦੈਨ ਜਦੋਂ ਘਰ ਦੇ ਘਰੇ ਆ ਗਏ ਉਦੋਂ ਉਹਨਾਂ ਦੇ ਰਿਐਕਸ਼ਨ ਦੇਖਾਂਗੇ ਕੀ ਹੋਣਗੇ ਮੈਨੂੰ ਪਤਾ ਰਿਐਕਸ਼ਨ ਬਹੁਤ ਘੈਂਟ ਹੋਣ ਵਾਲੇ ਆ ਅਸੀਂ ਇੱਕ ਪਲੈਨਿੰਗ ਕੀਤੀ ਆ ਤੁਹਾਨੂੰ ਪਹਿਲਾਂ ਆਪਾਂ ਜਾਵਾਂਗੇ ਥੱਲੇ ਘਰ ਦੇ ਨੂੰ ਪਤਾ ਨਹੀਂ ਕਿ ਆਪਾਂ ਡੋਗ ਲੈ ਕੇ ਆਏ ਆਪਾਂ ਪਤਾ ਕੀ ਕਹਿਣਾ ਉਹਨਾਂ ਨੂੰ ਅਮਨ ਜਾ ਕੇ ਆਪਾਂ ਕਹਾਂਗੇ ਇੱਦਾਂ ਕਰਕੇ ਯਾਰ ਵੀ ਆਪਾਂ ਮੰਮੀ ਡੋਗ ਲੈ ਕੇ ਆਈਏ ਘੈਂਟ ਜਿਹਾ ਹਨਾ ਉਹਨਾਂ ਨੂੰ ਯਾਰ ਬਹੁਤ ਜ਼ਿਆਦਾ ਮਤਲਬ ਨਫ਼ਰਤ ਤਾਂ ਵਾ ਡੋਗਸ ਤੋਂ ਬਿਕੋਜ਼ ਯਾਰ ਉਹ ਨਾ ਪੋਟੀ ਵਗੈਰਾ ਕਰ ਦਿੰਦੇ ਆ ਨਾ ਤਾਂ ਉਹਨਾਂ ਨੂੰ ਸਾਫ਼ ਕਰਨੀ ਪੈਂਦੀ ਆ ਫਿਰ ਕੇ ਪਤਾ ਨਹੀਂ ਕਿੱਥੇ ਕਿਤੇ ਬਾਹਰ ਬੁਰ ਗਏ ਹੁੰਦੇ ਆ ਬਟ ਉਹਨਾਂ ਨੂੰ ਵੀ ਪਿਆਰ ਹੈਗਾ ਡੋਗਸ ਨਾਲ ਦੈਨ ਹੁਣ ਆਪਾਂ ਜਾਂਦੇ ਹਾਂ ਨੀਚੇ ਉਹਨਾਂ ਦੇ ਰਿਐਕਸ਼ਨ ਦੇਖਦੇ ਉਹਨਾਂ ਨੂੰ ਕਹਾਂਗੇ ਕਿ ਮੰਮੀ ਜਿਵੇਂ ਕਿ ਡੋਗ ਲੈ ਕੇ ਆਉਣਾ ਸੀ ਅਤੇ ਰਿਐਕਸ਼ਨ ਦੇਖਦੇ ਆਪਣਾ ਵਾ ਠੀਕ ਆ ਮੈਂ ਕਿਹਾ ਮੰਮੀ ਕੁੱਤਾ ਲੈ ਆਈਏ ਯਾਰ ਆਪਾਂ ਵੀ ਕੁੱਤਾ ਹਾਂ ਨਹੀਂ ਲੈਣਾ ਕੁੱਤਾ ਕਰਨਾ ਬਾਹਰੇ ਲੈ ਕੇ ਆਉਂਦੇ ਪਏ ਆਪਾਂ ਵੀ ਲੈ ਆਉਂਦੇ ਹਾਂ ਮਿਲਦਾ ਪਿਆ ਇੱਕ ਬਹੁਤ ਘੈਂਟ ਵਧੀਆ ਮਿਲਦਾ ਪਿਆ ਤੁਸੀਂ ਸੰਭਾਲਦੇ ਨਾ ਉਹਨੇ ਫਿਰ ਮੈਨੂੰ ਸੰਭਾਲਣਾ ਪੈਂਦਾ ਮੁੜ ਕੇ ਹੈ ਰੈਡੀ ਕੁੱਤਾ ਲੈ ਆਈਏ ਆਪਾਂ ਕੁੱਤਾ ਸਿਗਾਇਆ ਆਪਾਂ ਟੱਟੀ ਮੇਰੀ ਮਾਂ ਚੱਕਿਆ ਕਰੂੰਗੀ ਅੱਛਾ ਤਾਂ ਹੀ ਤਾਂ ਮੈਂ ਗਈ ਨਹੀਂ ਮੈਂ ਨਹੀਂ ਮੈਨੂੰ ਨਹੀਂ ਕੋਈ ਨਾ ਮੈਂ ਚੱਕ ਲਿਆ ਕਰੂੰਗਾ ਸਾਰਾ ਕੁਝ ਸਾਫ਼ ਸਫਾਈ ਤੁਸੀਂ ਸੰਭਾਲਣਾ ਜੇ ਤਾਂ ਸੰਭਾਲੋਗੇ ਫਿਰ ਤਾਂ ਲੈ ਆਓ ਲੈ ਆਈਏ ਫਿਰ ਲੈ ਆਓ ਜੇ ਸੰਭਾਲੋਗੇ ਜੇ ਬੱਤੀ ਜ਼ਿੰਮੇਵਾਰੀ ਲੈਣੀ ਆ ਮੈਨੂੰ ਮੈਂ ਜ਼ਿੰਮੇਵਾਰੀ ਲਊਂਗਾ ਮੈਂ ਲੈ ਲਊਂਗਾ ਜ਼ਿੰਮੇਵਾਰੀ ਆ ਉੱਠਦਾ ਨਹੀਂ ਉਹਨੂੰ ਜ਼ਿੰਮੇਵਾਰੀ ਦੇਗਾ ਪੱਕਾ ਆਰਾਮ ਨਾਲ ਮੈਂ ਚੱਕ ਲੂੰਗਾ ਉਹਨੂੰ ਯਾਰ ਸਾਰਾ ਕੁ ਉਹਦਾ ਵੀ ਚੱਕ ਲੂੰਗਾ ਹਰਮਾਨ ਉਹਨੂੰ ਵੀ ਚੱਕ ਲੂੰਗਾ ਕਹਿੰਗੇ ਦਰਕੇ ਵੀ ਜਿੰਨੇ ਕੁੱਤੇ ਲਿਆਂਦੇ ਨੇ ਨਾ ਮੈਂ ਨਹੀਂ ਮੈਂ ਹੀ ਸੰਭਾਲਾਂਗਾ ਇਹ ਲੈ ਕੇ ਜਾਵਾਂਗੇ ਬਾਅਦ ਚ ਮੇਰੀ ਜ਼ਿੰਮੇਵਾਰੀ ਵਾਰੀ ਬੰਨ ਲਾਂਗੇ ਇੱਕ ਦਿਨ ਹਰ ਇੱਕ ਦਿਨ ਮੈਂ ਭਰਾਵਾ ਮੈਂ ਉੱਪਰ ਹੀ ਰੱਖਣਾ ਕਰਨਾ ਉਹਨੂੰ ਕੋਈ ਚੱਕਰ ਨਹੀਂ ਬਸ ਤੂੰ ਹੀ ਕਰ ਲੈ ਗਈ ਫਿਰ ਹੋਰ ਕੀ ਚਾਹੀਦਾ ਮੈਨੂੰ ਹਾਂ ਠੀਕ ਹੈ ਫਿਰ ਲੈ ਆਓ ਮੈਨੂੰ ਜਿੰਨੇ ਮੈਂ ਤੁਹਾਡੇ ਹੁੰਦੇ ਕਿੱਡਾ ਕਿ ਵੱਡਾ ਵੱਡਾ ਕਿ ਛੋਟਾ ਜਿਹਾ ਜਿਹੜੀ ਮਹੀਨੇ ਕਿਦਾ ਦੇ ਉਹ ਹਾਂ ਮਿਲਦਾ ਪਿਆ ਕਿੰਨੇ ਦਾ ਦਿੰਦਾ ਪਤਾ ਨਹੀਂ ਆਉਂਦਾ ਉਹ ਤਾਂ ਮੈਂ ਗੱਲ ਕਰ ਲੂੰਗਾ ਮੈਂ ਜਾਣਦਾ ਹੀ ਆਪਾਂ ਨੂੰ ਮੁੰਡਾ ਲੈ ਮੈਂ ਫਿਰ ਗੱਲ ਕਰ ਦੀ ਜਿੱਦਾਂ ਮੈਂ ਨਾਲ ਲੈ ਕੇ ਆ ਜੀ ਨਹੀਂ ਮਹਿੰਗਾ ਨਹੀਂ ਲੈ ਕੇ ਆਉਂਦਾ ਸਹੀ ਹੁੰਦੇ ਆ 2000 ਵਾਲਾ ਲੈ ਆਈ 2000 ਵਾਲਾ ਨਕਲੀ ਥੋੜੀ ਲੈ ਕੇ ਆਉਣਾ ਲੰਡਰ ਥੋੜੀ ਚੱਕ ਕੇ ਲੈਣਾ ਇੱਥੋਂ ਰੁਪਏ ਲੈ ਆਈ 2-3000 ਤਾਂ ਲੰਡਰ ਕੁੱਤੇ ਦਾ ਖਰਚਾ ਹੋ ਜਾਂਦਾ ਵਿਚਾਰੇ ਦਾ ਗਲੀ ਵਾਲੇ ਦਾ 2-3000 ਚ ਮਾਲਕ ਕੀ ਉਹਦੀ ਮਾਂ ਨੇ ਨਹੀਂ ਮੰਨਣਾ 2-3000 ਚ ਨਾ ਜੀ ਨਾ ਹੀ ਦੇਣਾ ਉਹਦਾ ਮੁੰਡਾ 2000 ਹੈ चक्कर ही पिया हूं मैं फटाफट मम्मा कह दिता भी आज थोड़ा कुत्ता कितने हो रहा ओए कुत्तू अमन फड़ ला इनू फड़ ला तू फड़ ला इनू हाँ फड़ ला तो लुक जा फटाफट कि नहीं भरा इतना भी नहीं इदा कर तू पढ़ते पिछले लुक जा जमा नहीं दिखेगा जमा नहीं दिखेगा पूरा ही दिखूंगा ठीक है सुन फटाफट पता नहीं घर जाते पे कि नहीं होंगे पे आ जाओ अम्मी ਹੋਰ ਹੀ ਲੱਗੀ ਜਾਂਦਾ ਨਰਵਸ ਜਿਹਾ ਲੱਗਦਾ ਵਾ ਮੈਨੂੰ ਪਤਾ ਹੋਣਾ ਕੁਛ ਨਹੀਂ ਕਹਿਣਾ ਫਿਰ ਵੀ ਧੜਕਣਾ ਵਧੀਆ ਭੱਜ ਗਿਆ ਤਾਂ ਵਧੀਆ ਆਪਾਂ ਇੱਕੋ ਦਮ 20 ਰੁਪਏ ਦਾ ਦੇਣਾ ਵਾ ਦੇਖ ਗੁੱਸੇ ਨਾ ਆ ਜਾਣ ਨਹੀਂ ਨਹੀਂ ਆ ਤਾਂ ਨਹੀਂ ਹੁੰਦੇ ਆ ਨਿੰਮਾ ਦੇਖੋ ਬਾਈ ਕਿੰਦਾ ਪਿਆ ਸੋਹਣਾ ਹੀ ਇੰਨਾ ਪਰ ਗੁੱਸਾ ਹੋਣਾ ਹੀ ਨਹੀਂ ਉਹਨਾਂ ਨੇ ਕਹਿਣਾ ਆ ਲੱਖ ਰੱਖ ਬਾਕੀ ਨਾਤਾ ਨਹੀਂ ਗਿਆ ਥੋੜਾ ਬੁਰਾ ਜਿਹਾ ਨਾ ਲੱਗੇ ਉਹਨਾਂ ਨੂੰ ਹਨਾ ਹਾਂ ਨਵਾ ਦੇਣਾ ਆਪਾਂ ਕੋਈ ਕੋਈ ਚੱਕਰ ਨਹੀਂ ਦੇਖਦੇ ਆ ਉੱਤੋਂ ਪਿਆਰ ਨਾਲ ਲੈਣਾ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਮੰਮੀ ਕੱਲ ਦੁਪਹਿਰੇ ਲੈ ਕੇ ਆਏ ਤੁਸੀਂ ਗਏ ਸੀਗੇ ਜਿਹੜੀ ਉਹ ਬੀਗਲ ਕਿਵੇਂ ਲੱਗਿਆ
ਵਧੀਆ ਬੜਾ ਪਿਆਰਾ ਹੈ ਚਲ ਫੜ ਹੁਣ ਨਿਊ ਮੈਂਬਰ ਆ ਗਿਆ ਵਧੀਆ ਲੱਗਿਆ ਕਿ ਨਹੀਂ ਦੱਸੋ ਵਧੀਆ ਲੱਗਿਆ ਮੈਂ ਬਾਕੀ ਮਹੀਨੇ ਦਾ ਇਹ ਨਾਤਾ ਨਹੀਂਗਾ ਹਜੇ ਨਵਾ ਦੋ ਦੇਣਾ ਹੀ ਨਵਾਉਣਾ ਮੈਂ ਕਿਹਾ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਇਕੱਠੀ ਨਵਾ ਦਿਓ ਮੇਰਾ ਕੰਮ ਫਿਰ ਬਾਹਰ ਨਿਕਲ ਜੂਗਾ ਨਾ ਵਿੱਚੋਂ ਐ ਤਾਂ ਸੋਹਣਾ ਹੈ ਨਾ ਸੋਹਣਾ ਵੀ ਹਾਂ ਬਹੁਤ ਕੂੜ ਜਿਹਾ ਕੁੱਤਾ ਹੈ ਤੂੰ ਦੇਖੀ 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 ਨਾਮ ਕਿ ਰੱਖਿਆ ਦੇਖੀ 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 ਪਹਿਲਾਂ ਕਹਿੰਦੇ ਨਹੀਂ ਰੱਖਣਾ ਹੈਗਾ ਆਹੋ ਹੈ ਨਾ ਹਾਂ ਮੰਮੀ ਕੋਈ ਕਿੱਦਾਂ ਆਇਆ ਹੈ ਡੈਡੀ ਇਹ ਬਾਅਦ ਦੱਸੂਗਾ ਤੁਹਾਨੂੰ ਵਲੌਗ ਬਣਦਾ ਨਾ ਵੈਸੇ ਮੈਨੂੰ ਪਿਆਰਾ ਤਾਂ ਲੱਗਦਾ ਬੜਾ ਕੁੱਤਾ ਹਾਂ ਪਰ ਕੋਈ ਨਾ ਉਹ ਸਾਕੋ ਮੈਂ ਸਾਂਭਲਿਆ ਕਰੂੰਗਾ ਟੈਨਸ਼ਨ ਨਾ ਲਓ ਤੁਸੀਂ ਅੱਜ ਤੋਂ ਬਾਅਦ ਇਹ ਕੁੱਤਾ ਨਹੀਂ ਹੈਗਾ ਆਪਣਾ ਤੁਸੀਂ ਬਸ ਹੁਣ ਅਮਨ ਦੀ ਤੇ ਮੇਰੀ ਜਿਵੇਂ ਪਹਿਲਾਂ ਕੇਅਰ ਕਰਦੇ ਸੀਗੇ ਹੁਣ ਇਹਦੀ ਵੀ ਤੁਹਾਨੂੰ ਕਰਨੀ ਪੈਣੀ ਖਾਣ ਪੀਣ ਨਾਲ ਜ਼ਿਆਦਾ ਕਰਾਂਗੇ ਸਭ ਵਧੀਆ ਚੱਕਿਆ ਕਰੋ ਮੋਟੀ ਦੀ ਹੈ ਮੈਂ ਚੱਕਿਆ ਕਰੂੰ ਕੋਈ ਨਾ ਯਾਰ ਨਾ ਨਾਮ ਮੈਂ ਹਜੇ ਤੱਕ ਰੱਖਿਆ ਨਹੀਂਗਾ ਮੈਂ ਪੁੱਛ ਕੇ ਰੱਖਾਂਗੇ ਜੋ ਵੀ ਹੈ ਹਨਾ ਬਾਕੀ ਤੇਰੀ ਵੀਡੀਓ ਬਣਦੀ ਬਾਕੀ ਆ ਦੇਖੀ ਨਹੀਂ ਮੈਂ ਰੱਖਿਆ ਟਿਸ਼ੂ ਜਦੋਂ ਵੀ ਕੁਛ ਕਰਦਾ ਹਲੇ ਫਿਰ ਵਿਛਾ ਦੇਣਾ ਕਰਨਾ ਇਹਦੇ ਨਾਲ ਹੀ ਰਹਿੰਦਾ 24 ਘੰਟੇ ਸਾਰਾ ਇੰਤਜ਼ਾਮ ਪਹਿਲਾਂ ਕੀਤਾ ਸਾਰਾ ਇੰਤਜ਼ਾਮ ਇਹਦੇ ਨਾਲ ਹੀ ਹੈ ਵੀਰੇ ਹੁਣ ਮੇਰਾ ਸਾਰਾ ਇੰਤਜ਼ਾਮ ਇਹਦੇ ਲਈ ਆ ਹੁਣ ਸਾਰਾ ਹੀ ਖੇਡ ਤਾਂ ਮੈਨੂੰ ਪਤਾ ਕੀ ਨਾ ਚੰਗਾ ਰੇ ਇਹ ਛੋਟਾ ਨਾ ਛੋਟਾ ਵੀ ਸੁਣਦਾ ਵਾਲਾ ਹੈ ਇਹ 15 ਕੁ ਦਿਨ ਹੋ ਰਹੇ ਨੇ ਹਜੇ ਇੱਦਾਂ ਹੀ ਕਰਨਾ ਸੋਈ ਜਾਣਾ ਬਸ ਇਹਨੇ ਹੋਰ ਇਹਦੇ ਨਾਲ ਤਾਂ ਬਾਲਾ ਖੇਡਦਾ ਇਹ ਤੁਹਾਨੂੰ ਵੀਡੀਓ ਦਿਖਾਉਂਗਾ ਮੈਂ ਇਹਦੀ ਦੇਖੀ 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 ਚੱਲ ਖੇਡ ਗਾਈਸ ਹੁਣ ਆਪਾਂ ਚੱਲੇ ਆਪਾਂ ਪਹਿਲੀ ਥੋੜ੍ਹਾ ਬਹੁਤ ਸਮਾਨ ਲੈਣ ਥੋੜ੍ਹਾ ਬਹੁਤਾ ਨਹੀਂ ਲਾਈਕ ਆਉਂਦਾ ਜਿਹੜਾ ਸ਼ੈਂਪੂ ਵਗੈਰਾ ਉਹਨੂੰ ਨਵਾਉਣਾ ਵਾ ਨਾ ਅੱਜ ਆਪਾਂ ਉਹਦੀ ਪਹਿਲੀ ਬਾਤ ਅੱਜ ਤਾਂ ਉਹਦੇ ਲਈ ਸ਼ੈਂਪੂ ਟਾਵਲ ਜਾਂ ਫਿਰ ਹੋਰ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਲੈ ਕੇ ਆਵਾਂਗੇ ਆਪਾਂ ਤਾਂ ਹੁਣ ਮੈਂ ਨਾਲੇ ਉਹਨੂੰ ਲੈ ਕੇ ਨਾਲੇ ਮੈਂ ਪ੍ਰਭ ਨੂੰ ਲੈ ਕੇ ਆਉਣਾ ਉਹਦੇ ਵੀ ਰਿਐਕਸ਼ਨਸ ਦੇਖਦੇ ਹਾਂ ਉਦੋਂ ਬਾਅਦ ਫਿਰ ਆਪਾਂ ਜਾਂਦੇ ਤਾਂ ਵਲੌਗ ਨੂੰ ਪੂਰਾ ਦੇਖੀ ਜਾਇਓ ਚਲੋ ਚੱਲੀਏ ਹੁਣ ਆਪਾਂ ਬੁੱਟਰ ਕੋਲ ਆਏ ਹਾਂ ਬੁੱਟਰ ਆ ਜਾ ਓਏ ਕਿਵੇਂ ਆ ਵਧੀਆ ਉਦਾਂ ਹੀ ਵਲੌਗ ਬਣਾ ਰਿਹਾ ਪਹਿਲੀ ਸਰਪ੍ਰਾਈਜ਼ ਆ ਇੱਕ ਸਰਪ੍ਰਾਈਜ਼ ਹਾਂ ਕਿਹੜਾ ਗੈਸ ਕਰ ਬੈਠਾ ਸਵੇਰ ਦਾ ਜੋ ਆਪਾਂ ਲੈ ਕੇ ਆਏ ਤੈਨੂੰ ਨੀ ਪਤਾ ਕਿਵੇਂ ਲੱਗਿਆ ਕੱਪੜੇ ਬਦਲਣੇ ਪੈਂਦੇ ਹਾਂ ਬਲੈਕ ਦਾ ਹਾਲ ਵੀ ਨੀ ਬੁਰਾ ਕਰ ਦੇਣਾ ਉਦੋਂ ਮੈਂ ਸੁੱਤਾ ਹੋਇਆ ਇਹਨੇ ਉੱਪਰ ਆ ਕੇ ਮੇਰੇ ਪੈ ਜਾਣਾ ਇੱਥੇ ਰੱਖ ਦੇਣੇ ਪੱਗ ਤੇ ਵੀ ਕਈ ਵਾਰੀ ਦੰਦੀ ਮਾਰ ਦਿੰਦਾ ਹੈ ਪੱਗ ਵੀ ਚੇਂਜ ਕਰਨੀ ਪੈਂਦੀ ਤਿੰਨ ਦੋ ਤਿੰਨ ਵਾਰੀ ਕੱਪੜੇ ਵੀ ਚੇਂਜ ਕਰਨੇ ਪੈਂਦੇ ਆ ਤੇ ਫਸਟ ਟਾਈਮ ਨੇ ਨਵਾ ਜਾਂਦਾ ਜਬ ਮੈਂ ਨਹਾਤਾ ਨਹੀਂ ਇਹ ਮੇਰੇ ਵਰਗਾ ਬਾਕੀ ਉਹ ਨਾਏਗਾ ਤੂੰ ਤਾਂ ਯਾਰ ਪੰਜ ਹੁਣ ਮਸਾਂ ਮਿਲੀ ਆ ਇਹ ਥੋੜਾ ਸਾ ਮੋਲ ਡਾਲੇਂਗੇ ਇਸ ਕੇ ਬਾਅਦ ਹਮ ਇਸ ਕੋ ਮਲੇਂਗੇ ਯੇ ਮਜ਼ਾ ਆਏਗਾ ਇਸ ਕੇ ਬਾਅਦ ਹਮ ਇਸ ਕੋ ਡਰਾਏਂਗੇ ਯੇ ਉਸ ਕੋ ਸਾਫ ਕਰੇਂਗੇ ਇਸ ਕੇ ਬਾਅਦ ਹਮ ਇਸ ਕੋ ਯਹਾਂ ਪੇ ਰੱਖ ਦੇਂਗੇ ਇਸਕੇ ਬਾਅਦ ਹਮ ਇਸਕੋ ਥੋੜਾ ਸਾ ਗੀਲਾ ਕਰੇਂਗੇ ਬਿਮਾਰ ਨੀ ਦੇਖੀ ਗੱਲ ਤਾਂ ਕਈ ਹੁਣ ਆਪਾਂ ਆ ਚੁੱਕੇ ਹੁਣ ਦੇਖਦੇ ਹਾਂ ਮੈਂ ਹੁਣ ਬਾਹਰ ਹੀ ਫਿਰਦਾ ਹੁੰਦਾ ਜ਼ਿਆਦਾਤਰ ਦੇਖੀ ਹੈਗਾ
ਓਏ ਇਹਨਾਂ ਲਈ ਖੇਡੀ ਜਾਂਦਾ ਵੀਰੇ ਯਾਰ ਸ਼ੇਰਾਂ ਵੀ ਲੈ ਕੇ ਆਇਆ ਇੱਧਰ ਦੇਖ चुपना ब्लॉक दी मां भैन करी जानी बीबी किदा लगे तेन कुत्ता अपना वधिया बहुत सोहना ਤੈਨੂੰ ਮਤਲਬ ਇਹੋ ਜਿਹੇ ਲੱਗਦੇ ਆ ਕੋਈ ਹੋਰ ਤਰ੍ਹਾਂ ਦੇ ਕੁੱਤੇ ਵਧੀਆ ਲੱਗਦੇ ਆ ਇਹ ਸੋਹਣਾ ਲੱਗਦਾ ਜਿਵੇਂ ਕਹਿੰਦੀ ਇਹ ਵਧੀਆ ਲੱਗਦਾ ਬਾਕੀ ਇਹਦਾ ਨਾਮ ਆਪਾਂ ਰੱਖਿਆ ਹੈਰਨ ਜੋ ਕਿ ਮੇਰਾ ਨਾਮ ਸੀਗਾ ਆਪਾਂ ਇਹਦਾ ਨਾਮ ਰੱਖਤਾ ਹੁਣ ਤਾਂ ਗਾਇਸ ਕਿਵੇਂ ਲੱਗਿਆ ਵਲੌਗ ਜ਼ਰੂਰ ਦੱਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਅਤੇ ਬੈਲ ਆਈਕਨ ਨੂੰ ਦਬਾ ਲਿਓ ਇਸ ਤਰ੍ਹਾਂ ਦੇ ਵਲੌਗ ਹੋਰ ਦੇਖਣ ਲਈ ਬਾਕੀ ਯਾਰ ਬਹੁਤ ਵਧੀਆ ਕੁੱਤਾ ਆਇਆ ਅਤੇ ਆਪਾਂ ਨੈਕਸਟ ਵਲੌਗ ਲੈ ਕੇ ਆਉਂਦੇ ਰਹਾਂਗੇ ਕੁੱਤਿਆਂ ਨੂੰ ਦਾਣਾ ਪਾਣੀ ਪਾਓ ਦੁੱਧ ਪਾਣੀ ਪਿਆਓ ਸੇਵਾ ਕਰੋ ਇਹਨਾਂ ਦੀ ਖਵਾਇਆ ਆਪਾਂ ਨੂੰ ਮਿਲੇ ਹਾਂ ਸਹੀ ਗੱਲ ਆ ਇਹ ਵੀ ਪੌਣ ਨਹੀਂ ਹੁੰਦਾ ਕੁੱਤਿਆਂ ਨੂੰ ਪਾਲਣਾ ਆਪਾਂ ਤਾਂ ਗਲੀ ਦੇ ਕੁੱਤਿਆਂ ਨੂੰ ਵੀ ਵਧੀਆ ਤਰ੍ਹਾਂ ਰੱਖਦੇ ਹੁੰਦੇ ਹਾਂ ਜਿਹੜੇ ਆਉਂਦੇ ਹੁੰਦੇ ਉਹਨਾਂ ਨੂੰ ਵੀ ਪਾ ਦੀਦਾ ਹੁੰਦਾ ਤਾਂ ਗਾਇਸ ਧੰਨਵਾਦ ਵਲੌਗ ਦੇਖਣ ਲਈ ਬਾਏ।